चेक आउट द डेडिकेशन गाइस, आई लव दिस गर्ल। मेरी फोटो खींच ली कुड़ी, गोरिल्ला में पाती है, गोरिल्ला में पाती है। या वेरी गुड मॉर्निंग फोक्स, आई होप यू ऑल आर डूइंग ग्रेट। मैं जस्ट हुणे उठी हां ते बस फ्रेश होण लगी हां। अज सोचा सीगा कि 8 बजे तक होटल चो निकल जांगे, बट 8 सानू होटल जी बज गए ने ते नींद पूरी करदा करदा थोड़ा टाइम लग गया। एक्चुअली थके बहुत सीगे कल, क्योंकि सारा दिन ट्रैवलिंग कीती, आ के राती क्रूज डिनर ते चले गए ते वापस आए आपां 1-2 बजे। एंड जिहड़ा तुसीं पिछला व्लॉग देखिया होणा पार्ट 2, ਉਹ ਉੱਥੇ ਮੁੱਕਿਆ ਹੋਣਾ। ਸੋ ਅੱਜ ਹੈਗਾ ਦੁਬਈ ਦਾ ਪਾਰਟ 3 ਸ਼ੁਰੂ। ਹੇ ਗਾਈਜ਼, ਵਾਟਸ ਅਪ, ਹਾਊ ਯੂ ਆਲ ਡੂਇੰਗ, ਐਂਡ ਵੈਲਕਮ ਟੂ ਦਾ ਅਨਦਰ ਵਲੌਗ ਆਫ ਰਾਜਨਵੀਰ ਸਿੰਘ ਲੂਥਰਾ। ਦਿਸ ਇਜ਼ ਦਾ ਐਪੀਸੋਡ ਨੰਬਰ 3 ਜੋ ਤੁਸੀਂ ਦੇਖਦੇ ਪਏ ਹੋ। ਮੈਂ ਵਲੌਗਸ ਐਪੀਸੋਡ 'ਚ ਇਸੇ ਕਰਕੇ ਕਨਵਰਟ ਕੀਤੇ ਸੀ ਕਿਉਂਕਿ ਮੈਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਵਲੌਗ ਸ਼ੁਰੂ ਹੋਇਆ, ਕਿੱਥੇ ਖਤਮ ਹੋਇਆ, ਕੀ ਹੋ ਰਿਹਾ ਕੀ ਨਹੀਂ, ਕਿਉਂਕਿ ਇਟਸ ਵੈਰੀ ਫਾਸਟ ਫਾਸਟ ਸਿਸਟਮ, ਬਿਕੋਜ਼ ਬਹੁਤ ਤੇਜ਼ ਨਾਲ ਕੰਮ ਚੱਲ ਰਿਹਾ। ਮੈਂ ਬਹੁਤ ਜ਼ਿਆਦਾ ਭੱਜ ਦੌੜ 'ਚ ਸਿਸਟਮ ਚਲਾ ਰਿਹਾ। ਸੋ ਮੈਨੂੰ ਸੀਗਾ ਕਿ ਕਿੱਥੇ ਸ਼ੁਰੂ ਕਰਾਂ, ਕਿੱਥੇ ਖਤਮ ਕਰਾਂ, ਇਹ ਕਨਫਿਊਜ਼ਨ ਤੋਂ ਚੰਗਾ ਐਪੀਸੋਡ ਰੱਖੀ। ਐਂਡ ਹੋਪ ਕਿ ਤੁਸੀਂ ਜਿਹੜੇ ਪਿਛਲੇ 2 ਐਪੀਸੋਡ ਦੇਖੇ ਹੋਣਗੇ ਤੁਹਾਨੂੰ ਮਜ਼ਾ ਆਇਆ ਹੋਵੇਗਾ। ਅੱਜ ਦਾ 3 ਐਪੀਸੋਡ ਆ, ਹਜੇ ਕੋਈ ਪਲਾਨ ਨਹੀਂ ਆ ਕਿ ਕੀ ਕਰਨਾ ਕੀ ਨਹੀਂ। ਪਹਿਲਾਂ ਸੋਚਿਆ ਸੀ ਸਿਟੀ ਟੂਰ ਲਵਾਂਗੇ ਅਤੇ ਨਾਲ ਡੈਜ਼ਰਟ ਸਫਾਰੀ ਕਰਾਂਗੇ, ਬਟ ਸਿਟੀ ਟੂਰ ਨਹੀਂ ਹੋਣਾ ਕਿਉਂਕਿ ਉਹ ਸਵੇਰੇ 9 ਵਜੇ ਸ਼ੁਰੂ ਹੋਣਾ ਸੀ, 8 ਸਾਨੂੰ ਇੱਥੇ ਵੱਜ ਗਏ। ਮੇ ਬੀ ਅੱਜ ਡੈਜ਼ਰਟ ਸਫਾਰੀ ਕਰੀਏ, ਬਟ ਜੋ ਵੀ ਹੋਏਗਾ ਤੁਹਾਨੂੰ ਅਪਡੇਟ ਕਰ ਦਾਂਗਾ। ਬੰਬਰਾ ਸ਼ਾਵਰ ਲੈਂਦਾ ਪਿਆ, ਫਿਰ ਮੈਂ ਰੈਡੀ ਹੋਵਾਂਗਾ ਅਤੇ ਤੁਹਾਨੂੰ ਮਿਲਦਾ ਰੈਡੀ ਹੋ ਕੇ। ਓਕੇ ਗਾਈਜ਼, ਵੀ ਆਰ ਰੈਡੀ, ਪੂਰੇ ਤਿਆਰ ਹੋ ਚੁੱਕੇ ਹਾਂ। ਬੰਬਰਾ ਵੀਰਾ ਬਸ ਆਊਟਫਿਟ ਪਾਉਂਦਾ ਪਿਆ, ਬਾਕੀ ਆਲ ਡਨ ਆ। ਜੱਸੀ ਭਾਈ ਨੇ ਕਾਹਲੀ ਪਾਤੀ ਐਮ ਟਾਈਮ 'ਤੇ ਕਿ ਰੈਡੀ ਹੋ ਜਾਓ, ਰੈਡੀ ਹੋ ਜਾਓ, ਰੈਡੀ ਹੋ ਜਾਓ। ਮੈਨੂੰ ਸੀਗਾ ਥੋੜ੍ਹਾ ਆਰਾਮ ਨਾਲ ਜਾਵਾਂਗੇ, ਕਰਟਨਸ ਥੋੜ੍ਹੇ ਇੱਧਰ ਕੀਤੇ ਜਾਣ, ਕਰਟਨਸ ਦੇ ਚੱਕਰ 'ਚ ਮੇਰੇ ਇੱਥੇ ਕੀ ਵੱਜ ਗਿਆ। ਚਲੋ ਐਨੀਵੇਜ਼, ਹਾਂ ਮੇਰੇ ਸੋਟੀ ਵੱਜੀ ਆਲੀ, ਕਿੱਧਰ ਗਈ ਹੋਏ ਆਈ, ਆਹ ਸੋਟੀ ਵੱਜੀ, ਉਹ ਤੇਰੀ ਭੈਣ ਨੂੰ ਦੀਦੀ, ਆਹ ਸੋਟੀ ਦੇ ਗ੍ਰਹਿਣ ਜੋ ਹੋਏ। ਅੱਛਾ ਉਹ ਵੀਰੇ ਆਹ ਸੋਟੀ ਨੇ ਇੱਧਰ ਉੱਧਰ ਹੁੰਦੇ ਹੀ, ਵਾਓ। ਅਤੇ ਬਸ ਆਲ ਰੈਡੀ ਆ, ਤੁਸੀਂ ਮੇਰਾ ਆਊਟਫਿਟ ਜ਼ਰਾ ਇੱਕ ਵਾਰੀ ਚੈੱਕ ਕਰੋ ਅਤੇ ਮੈਨੂੰ ਦੱਸੋ ਕਿੱਦਾਂ ਦਾ ਲੱਗ ਰਿਹਾ। ਆਹ ਆਪਾਂ ਉੱਪਰ ਪਾਈਏ ਸ਼ਰਟ, ਥੱਲੇ ਟੀ ਸ਼ਰਟ ਅਤੇ ਇਹਦੇ ਥੱਲੇ ਜੀਨਸ, ਜੀਨਸ ਦਾ ਕਲਰ ਹੈਗਾ ਲਾਈਟ ਬਲਿਊ। ਇਹ ਵਿਖੀਆਂ ਮੈਂ ਜਿਹੜਾ ਯੰਤਰ ਕੀਤਾ ਨਾ, ਇੱਕ ਵਾਰੀ ਦੁਕਾਨਾਂ ਦਿਖਾਉਣਾ, ਸਲੋ ਮੂਵ ਕਰ ਲਿਓ ਆਪਣੇ ਆਪ ਨਾਲ। ਇਹ ਦੇਖੋ, ਮੈਂ ਵੀ ਦਿਮਾਗੋ ਪੈਦਲ ਆ, ਇੱਥੇ ਸ਼ੀਸ਼ਾ ਲੱਗਾ ਤੁਹਾਨੂੰ ਹੋਰ 'ਚ ਦਿਖਾਉਂਦਾ ਵਾ। ਖੇਲ ਗਿਆ ਹੁੰਦਾ ਵੀ, ਦਿਸ ਇਜ਼ ਦਾ ਜੀਨਸ ਐਂਡ ਦੀਸ ਦਾ ਸ਼ੂਜ਼। ਆਊਟਫਿਟ ਕਿੱਦਾਂ ਲੱਗਾ ਕਮੈਂਟ ਕਰਕੇ ਦੱਸਿਓ। ਲੇਟ ਹੋ ਰਹੇ ਹਾਂ, ਮਿੰਟੋ ਮਿੰਟ ਹੁਣ ਨਿਕਲਣ ਦੀ ਕਰ। ਮੈਂ ਲੇਟ ਕਰਾਤਾ, ਜਿੱਦਾਂ ਕਿ ਤੁਹਾਨੂੰ ਦੱਸਿਆ ਬੀਬੀ ਨੂੰ ਵੇਟ ਕਰਦੀ ਸੀਗੀ। ਇਹਨਾਂ ਨੂੰ ਕੀ ਪਤਾ ਵੀ ਸਰਦਾਰਾਂ ਨੂੰ ਪੱਗਾਂ ਬੰਨੀਆਂ ਹੁੰਦੀਆਂ ਨੇ, ਅਤੇ ਥੈਂਕ ਯੂ ਮੈਮ, ਥੈਂਕ ਯੂ ਸੋ ਮੱਚ। ਇਹਨਾਂ ਨੂੰ ਕੀ ਪਤਾ ਵੀ ਸਰਦਾਰਾਂ ਨੇ ਪੱਗਾਂ ਪੁੱਗਾਂ ਬੰਨੀਆਂ ਹੁੰਦੀਆਂ ਨੇ, ਸਾਨੂੰ ਵਕਤ ਲੱਗ ਜਾਂਦਾ। ਬਸ ਸੋ ਸਾਨੂੰ ਪੱਗ ਬੰਨਣ 'ਚ ਟਾਈਮ ਲੱਗਦਾ, ਦੈਟਸ ਵਾਏ ਥੋੜ੍ਹਾ ਚੱਕਰ। ਮਮਰੇ ਇੱਥੇ ਹੀ ਸ਼ੋਟ ਲਾਇਆ ਤੀ ਮੇਰਾ ਜਦੋਂ ਵਿਹਲੇ ਹੋਵਾਂਗੇ। ਨੰਗੇ ਹਾਂਜੀ ਨਹੀਂ, ਟ੍ਰੇਨ 'ਤੇ ਜਾਂਦੇ ਬੱਸ 'ਤੇ। ਜਦੋਂ ਤੱਕ ਇਹ ਗੋਰੀ ਸਾਡੇ ਨਾਲ ਹੈ, ਸਾਡਾ ਕੋਈ ਵੀ ਕੰਮ ਸਿਰੇ ਨਹੀਂ ਇਹਨੇ ਚੜ੍ਹਨ ਦੇਣਾ। ਪਹਿਲਾਂ ਅਸੀਂ ਚੱਲੇ ਸੀ ਮਿਰੇਕਲ ਗਾਰਡਨ, ਰਸਤੇ 'ਚ ਬੀਬੀ ਕਹਿੰਦੀ ਨਾ ਆਹ ਦੁਬਈ ਫਰੇਮ 'ਤੇ ਜਾਣਾ ਵੇਖਣ। ਇਹ ਦੁਬਈ ਫਰੇਮ ਆ, ਬਿਲਕੁਲ ਗਲਾਸ ਦਾ ਬਣਿਆ ਤਾ, ਉੱਥੋਂ ਟਿਕਟ ਲੈਣੀ ਪੈਣੀ ਹੈ। ਟਿਕਟ ਲੈ ਕੇ ਟਿਕਟ ਲੈ ਕੇ ਉੱਥੋਂ ਫਿਰ ਆਪਾਂ ਇਹਨਾਂ ਉੱਤੇ ਜਾਣਾ। ਟੂ ਮੱਚ ਸਿਆਪਾ, ਜੱਸੀ ਭਾਅ ਜੀ ਗਏ ਨੇ ਹੁਣ ਟਿਕਟ ਲੈਣ, ਪੇਜ ਵੀ ਨਾਲ ਹੈ। ਸੋ ਜੱਸੀ ਭਾਅ ਜੀ ਲੈਂਦੇ ਨੇ ਟਿਕਟ, ਅਸੀਂ ਖੜ੍ਹੇ ਹੋ ਗਏ ਹਾਂ ਲਾਈਨ 'ਚ, ਕਿਉਂਕਿ ਲਾਈਨ ਬਹੁਤ ਹੈ, ਕਿਉਂਕਿ ਇੱਕ ਬੰਦਾ ਇੱਧਰ ਹੋਣਾ ਚਾਹੀਦਾ। ਹਾਂ ਇੱਕ ਬੰਦਾ ਹੋਣਾ ਚਾਹੀਦਾ। ਭਾਅ ਜੀ ਤੋਂ ਟਿਕਟ ਲੈ ਕੇ ਆਉਣਗੇ, ਫਿਰ ਅਸੀਂ ਅੰਦਰ ਜਾਵਾਂਗੇ। ਇਹਦੀ ਟਿਕਟ ਹੈਗੀ 52 ਦਿਰਮਸ, ਅਤੇ ਜੇ ਤੁਸੀਂ ਇੰਡੀਆ ਦੇ ਹਿਸਾਬ ਨਾਲ ਲਾਓ ਤਾਂ 220 220 220 220, 1150 ਰੁਪਈਆ ਪੈਂਦਾ ਮਿੱਤਰੋ। ਸੋ ਉਸ ਹਿਸਾਬ ਨਾਲ ਹਿਸਾਬ ਤਾਂ ਲਾ ਲਿਓ,
ਪਰ ਤੁਹਾਨੂੰ ਮੈਂ ਮੇਰਾ ਇਹ ਟੂਰ ਖਰੀਦਣਾ ਨਹੀਂ ਗਲਤੀ ਦਿੰਦੇ ਜਿਹੜਾ ਫੋਕਸ ਮਾਰੇ ਇੰਨੀ ਇੰਨੀ ਗਾਲੀ ਅਣਕ ਦੇ ਉੱਤੋਂ ਸਨ ਗਲਾਸਿਸ ਲਾਏ ਉਹ ਹੱਡੀ ਨੇ ਕੋਈ ਨਹੀਂ ਪਿੱਛੇ ਆਏਗੀ ਆਪਾਂ ਫੋਕਸ ਮਾਰਾਂਗੇ ਸੋ ਤੁਹਾਨੂੰ ਸੋ ਤੁਹਾਨੂੰ ਇਹ ਵੀ ਦੱਸਾਂਗੇ ਸਾਡਾ ਇਹ ਟ੍ਰਿਪ 'ਤੇ ਕਿੰਨਾ ਪੈਸਾ ਲੱਗਾ ਟੋਟਲ ਓਵਰਆਲ ਉਹ ਐਂਡ 'ਚ ਦੱਸਾਂਗੇ ਹਜੇ ਤੁਸੀਂ ਬਸ ਇੰਜੋਏ ਕਰੋ ਕਿਉਂਕਿ ਹਜੇ ਅਸੀਂ ਵੀ ਖਰਚਾ ਨਹੀਂ ਨੋਟ ਕਰ ਰਹੇ ਐਂਡ 'ਚ ਪਾ ਲਾਂਗੇ ਐਂਡ 'ਚ ਪਤਾ ਲੱਗੇਗਾ ਜੋ ਭਾਜੀ ਲੈਣੀ ਮਿਲ ਗਈ ਟਿਕਟ ਕਿੱਦਾਂ ਦੀ ਟਿਕਟ ਦੇਣੀ ਹਾਂ ਟਿਕਟ ਮਿੱਤਰੋ ਸਕੈਨ ਜਦੋਂ ਉਹਨਾਂ ਨੇ ਕਰਨੀ ਵਲੌਗ ਲਾਈਵ ਹੋਇਆ ਹੋਣਾ ਅਸੀਂ ਇੱਥੋਂ ਹੋ ਕੇ ਗਏ ਹੁਣ ਐਂਟਰੀ ਹੋ ਗਈ ਆ ਉਹ ਉੱਤੇ ਸਫਾਈ ਚੱਲ ਰਹੀ ਆ ਉਹ ਦੇਖ ਅਤੇ ਪੇਜ ਪਤਾ ਨਹੀਂ ਕੀ ਕਰੀ ਜਾਂਦੀ ਹੈ ਪੇਜ ਵਾਟ ਯੂ ਡੂਇੰਗ ਗੈਟਿੰਗ ਰੈਡੀ ਟੂ ਸਨੈਪਚੈਟ ਡੂ ਦੇ ਹੈਵ ਅ ਵਾਈਫਾਈ ਓਵਰ ਹੇਅਰ ਆਈ ਡੋਨਟ ਨੋ ਵੀ ਕੈਨ ਚੈਕ ਆਈਲ ਗੈਟ ਸਮ ਵਾਈਫਾਈ ਫਰ ਯਾ ਪਲੀਜ਼ ਪਲੀਜ਼ ਮਰ ਜਾਣੇ ਹੋ 1200 ਰੁਪਇਆ ਲੈ ਲਿਆ ਜੇ ਵਾਈਫਾਈ ਤੇ ਦੋ ਫੋਟੋਗ੍ਰਾਫਰ ਆਫ ਦਾ ਈਅਰ ਅਵਾਰਡ ਗੋਜ਼ ਟੂ ਪੇਜ ਯਾ ਪਲੀਜ਼ ਡੂ ਕਲਿੱਕ ਅ ਪਿਕਚਰ ਆਫ ਮਾਈਨ ਐਜ਼ ਵੈਲ ਬਹੁਤ ਸਾਰਾ ਪ੍ਰੇਮ ਆ ਮਿੱਤਰੋ ਅਤੇ ਯਾ ਸਟੈਂਡ ਓਵਰ ਹੇਅਰ ਯਾ ਬੱਲਾ ਬੱਲਾ ਫੜੀ ਫੜਿਓ ਇਹਨੂੰ ਯਾਰ ਪੇਜ ਵਿਦ ਪੇਜ ਵਿਦ ਬੈਗ ਔਰ ਵਿਦਆਊਟ ਬੈਗ ਵਿਦਆਊਟ ਓਕੇ ਅਮਰਾ ਜੀ ਹੋਲਡ ਦਿਸ ਚੈੱਕ ਆਊਟ ਦਾ ਡੈਡੀਕੇਸ਼ਨ ਗਾਈਸ ਆਈ ਲਵ ਦਿਸ ਗਰਲ ਮੇਰੀ ਫੋਟੋ ਖਿੱਚ ਲਈ ਕੁੜੀ ਗੋਰੀ ਲੰਮੇ ਪਾਤੀ ਆਈ ਗੋਰੀ ਲੰਮੇ ਪਾਤੀ ਆਈ ਯਾ ਜਿਹੜੀਆਂ ਫੋਟੋਆਂ ਹੁਣੇ ਮੇਰੀਆਂ ਪੇਜ ਨੇ ਖਿੱਚੀਆਂ ਵਾ ਉਹ ਇੱਥੇ ਪਾਉਣ ਲੱਗਾ ਮੈਂ ਤੁਸੀਂ ਮੈਨੂੰ ਉਹਦਾ ਰਿਵਿਊ ਦਿਓ ਕਿੱਦਾਂ ਦੀਆਂ ਲੱਗੀਆਂ ਪੇਜ ਫਿਰ ਆਪਣੇ ਲਕਸ਼ੇ 'ਤੇ ਆਉਂਦੀ ਹੋਈ ਉਹ ਲੈ ਲਓ ਰਾਤੀ ਔਖੀ ਹੁੰਦੀ ਸੀ ਹੁਣ ਖਿੱਚਦੀ ਫੋਟੋਆਂ ਯੂਅਰ ਬਰਾ ਇਜ਼ ਵਿਜੀਬਲ ਉਧਰੋਂ ਹਾਂ ਭਾਈ ਤੁਹਾਡੀ ਸਹੀ ਆਈ ਫੋਟੋ ਵਧੀਆ ਖਿੱਚੋ ਤਾਂ ਕੁੜੀ ਨੇ ਨਹੀਂ ਫੋਟੋ ਓ ਮਾਈ ਗੋਸ਼ ਮੈਂ ਆਪਣੇ ਲਈ ਵੀ ਇੱਥੇ ਪਾਈ ਹੈ ਦੱਸਿਓ ਮੈਨੂੰ ਭਾਈ ਨਹੀਂ ਆਹ ਭਾਜੀ ਆਹ ਓਕੇ ਆਹ ਲਾਈਕ ਹੋਈ ਜੇ ਗਰਮੀ ਬਹੁਤ ਆ ਮਿੱਤਰੋ ਗਰਮੀ ਬੜੀ ਹਨਾ ਡਿਸੀਜ਼ਨ ਹੀ ਸਹੀ ਕੀਤਾ ਟਾਈਮ 9:30 ਹੋਏ ਆ ਹਾਂ ਤੇ ਭਾਈ ਟੈਂਪਰੇਚਰ ਹੈਗਾ ਸਿਰਫ 21 ਅਜੇ 21 ਡਿਗਰੀ 75 ਫੈਰਨਹਾਈਟ ਤੇ 86 ਤੱਕ ਜਾਣਾ ਟੈਂਪਰੇਚਰ ਫੈਰਨਹਾਈਟ ਚ ਬਾਈ ਮਿੱਤਰੋ ਅੱਜ ਗਾ ਪੇਜ ਪੇਜ ਓਕੇ ਥੈਂਕ ਯੂ ਪੇਜ ਬ੍ਰੋ ਥੈਂਕ ਯੂ ਫੋਰ ਦਾ ਪਿਕਚਰ ਮਿੱਤਰੋ ਹੈ ਇਹ ਮਹਿੰਗੀ ਨਹੀਂ ਪੈ ਗਈ ਆਈ ਕੈਨ ਡਿਲੀਟ ਦ ਪਿਕਚਰਸ ਪੇਜ ਇਜ਼ ਦਿਸ ਗੋਲਡ ਆਲ ਗੋਲਡ ਹੈ should we take this this india scrape it off yeah that's what is in gold is a golden nahi gold to nahi hai bhai ye nahi nahi ਇਹਨਾਂ ਦੇ ਬਲੋਰ ਵਿੱਚ ਬੇਸਿਕਲੀ ਲਾਈਟਾਂ ਲੱਗੀਆਂ ਆਹ ਦੇਖੋ ਕਿਹੜੀਆਂ ਨੇ ਉਹ ਦੇਖੋ ਘੈਂਟ ਜੀ ਰਸ਼ ਬਹੁਤ ਆ ਥੋੜ੍ਹੇ ਥੋੜ੍ਹੇ ਬੰਦੇ ਕਰਕੇ ਉੱਤੇ ਭੇਜ ਦੇ ਪਏ ਹੈਗੀ ਕੌਫੀ ਆਹ ਪੂਰਾ ਸੈਂਡ ਦਾ ਬਣਿਆ ਗਾਈਸ ਹਾਂਜੀ ਫਿਰ ਉਹ ਇੰਡੀਆ ਦੀ ਮਸ਼ੀਨ ਲਾਇਆ ਜੇ ਭਾਜੀ ਇਹਦੇ ਇੱਥੇ ਊਸ਼ਾ ਵਾ ਕਿਹੜੀ ਆ ਨਹੀਂ ਇਹਨਾਂ ਦੀ ਆਪਣੀ ਕੋਈ ਵਾਹਿਗੁਰੂ ਨਹੀਂ ਕੁਰਾਨ ਨਹੀਂ ਆ ਜੀ ਭਾਜੀ ਸਾਡੇ ਉੱਥੇ ਟਰੰਕ ਹੁੰਦੇ ਸੀ ਇੱਥੇ ਲਾਇਆ ਇਹਨੇ ਸੇਮ ਹੀ ਆ ਨਾ ਇੰਡੀਆ ਸਾਡੀਆਂ ਮੰਮੀਆਂ ਟਰੰਕ ਰੱਖੇ ਹੁੰਦੇ ਮਿੱਤਰੋ ਕੀ ਭਾਜੀ ਹੈ ਕੀ ਭਾਜੀ
ओके ओके अच्छा पुराने जमाने जाओ सवारियां अच्छा आ केस तरह जाइए ये ड्राई फ्रूट भाजी सारे करियाने दी ये असली ने भाजी है चीजा उन्हें लिखा है डू नॉट टच ओल भाजी लसन किड्डा मोटा जे गाइस दुबई का प्लान है सारा जेड़ा के 1960 की बनया देख सकते हो तुम आ बाकी इतने सारी जी डिवेलपमेंट जी हुई है वो दिखाते हैं इधर भी ते आ इधर भी जादू करो तोड़ी भैन वे हमारा कटा हमारा ये सारी डेवलपमेंट है गाइस जिड़ी इन्होंने की थी वही है भाई कोई भी करे सिस्टम गुड जे भाजी है भरावा दस ते सही वो लम्बे पै गया मैंने पिछे करता मैं डर गया कैमरा ये नज़ारे लेंदा कोरा ये नज़ारे लेंदा उन्हें ठाता कहीं उठ जा कमरे कमरे व्हाट इज दिस देखो भी है तो यंत्र चीज है पर भाजी नहीं कमरे ना कर वो नहीं हो ऐसा ठीक है पर जो कोई पैर है वो मार दे ना कैन यू सी और थले देखो ओह माय गॉश टू मच बेबी ये है दुबई फ्रेम ओदे उत्ते चढ़े आ इत्थे डर हल्लो कीड़ियां वर्गे बंदे लभदे निके निके ओके थैंक यू ओके ओ बीबी उत्थे पता नहीं की करी जांदी आ हां फोज मारदी बीबी खिच के क्या बातां ने महाराज ते इधरों बाहर बुर्ज खलीफा दिखदा दिखाना मैं थानू आओ सामने ओ वड्डी बिल्डिंग वेखन दियो ओ बुर्ज खलीफा थले इतने कोई शेख साहब ने उन्होंने फोटो बनी है वेरी गुड सो व्हाट जस्ट हैपेंड पेज क्लिक करो पिक्चर शो द पिक्चर पेज इतने ला दांगा एक्चुअल की होया मैं अपने ऐडा हाथ फड़ के ना और पीछे वड्डा डेमो दवा तो पानी बैठे है आई कैन सी तू पानी बैठे है तू मैं दसना ते ऐडा पाए ऐठो फोटो खींची ए ओ जाओ इन्हें मेरे रहता कहता ओके पेज यू रेडी क्लिक इस Welcome to Dubai, Habibi.